ਸਤਿ ਸ੍ਰੀ ਅਕਾਲ ਪੰਜਾਬੀਓ, ਮੈਂ ਤੁਹਾਡਾ ਆਪਣਾ ਹੈਪੀ ਵਾਸੀ। ਕਾਫੀ ਚਿਰ ਬਾਅਦ ਵਲੌਗ ਪਾਇਆ, ਜਿਹੜਾ ਤੁਸੀਂ ਬਾਅਦ 'ਚ ਦੇਖਣਾ, ਜਿਹੜਾ ਮੈਂ ਬਣਾਇਆ ਆ ਉਹਨੂੰ ਵੀ ਕਾਫੀ ਦਿਨ ਹੋ ਗਿਆ ਬਣੇ ਨੂੰ। ਵਲੌਗ ਹੈ, ਗੱਡੀ ਲਿਆਂਦੀ ਉਹਦਾ ਵਲੌਗ ਆ ਸਾਰਾ, ਅਤੇ ਕੰਮ ਮੈਂ ਨਵੇਂ ਜਾਣ ਲੱਗ ਪਿਆ ਉਹਦਾ ਵਲੌਗ ਆ। ਅਤੇ ਹੁਣ ਵਲੌਗ ਬਣਾਉਣ ਦਾ ਟਾਈਮ ਹੀ ਨਹੀਂ ਸੀ ਲੱਗਦਾ, ਅਤੇ ਹੁਣ ਆਪਾਂ ਵਲੌਗ ਫਿਰ ਦੁਬਾਰਾ ਬਣਾਇਆ ਕਰਾਂਗੇ। ਤੁਸੀਂ ਪਹਿਲਾਂ ਇਹ ਵਲੌਗ ਦੇਖੋ, ਬਾਕੀ ਦੇ ਵਲੌਗ ਵੀ ਆਉਂਦੇ ਰਹਿਣਗੇ, ਜਿੰਨਾ ਵੀ ਟਾਈਮ ਲੱਗਾ ਆਉਂਦਾ ਰਹੂਗਾ। ਸਤਿ ਸ੍ਰੀ ਅਕਾਲ ਪੰਜਾਬੀਓ, ਮੈਂ ਤੁਹਾਡਾ ਆਪਣਾ ਹੈਪੀ ਵਾਸੀ, ਅਤੇ ਅੱਜ ਦੇ ਵਲੌਗ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਨਾਲ ਸਾਡੇ ਆ ਪਿੱਛੇ ਹੈਪੀ, ਇੱਕ ਹੋਰ ਬੈਠਾ ਪਿੱਛੇ ਬਿੰਦਾ ਵਾਸੀ, ਨਾਲ ਆਪਣੇ ਸਾਡਾ ਬੈਂਦੀ ਭਰਾ, ਅਤੇ ਅਸੀਂ ਬੈਠੇ ਅੱਜ ਜਾ ਰਹੇ ਹਾਂ ਅਸੀਂ ਰੀਓ ਮੋਰ ਨੂੰ। ਗੱਡੀ ਦੇਖਦੇ ਹਾਂ, ਗੱਡੀ ਦੇਖਦੇ ਨੂੰ ਬਹੁਤ ਚਿਰ ਹੋ ਗਿਆ ਮੈਨੂੰ, ਗੱਡੀ ਦੇਖੀ ਜਾਂਦੇ ਕੋਈ ਪਸੰਦ ਨਹੀਂ ਆ ਰਹੀ, ਪਰ ਅੱਜ ਹੁਣ ਫਿਰ ਦੇਖਣ ਚੱਲੇ ਆ। ਤੇ ਇੱਕ ਗੱਡੀ ਨਾਲ ਬਹੁਤ ਔਖਾ ਹੋਣਾ, ਕਿਤੇ ਦੇਖੋ ਕਿਦਾਂ ਅਸੀਂ ਲੱਦੇ ਕਿਦਾਂ ਲੱਦੇ ਹੋਏ ਆ ਨਾ। ਅਤੇ ਹੁਣ ਅਸੀਂ ਗੱਡੀ ਹੋਰ ਦੇਖਦੇ ਜਾ ਕੇ, ਮੂਹਰੇ ਫੋਨ ਕੀਤਾ ਸੀਗਾ, ਅਤੇ ਬਾਕੀ ਮੂਹਰੇ ਪਹੁੰਚ ਕੇ ਜਾ ਕੇ ਦੇਖਦੇ ਹਾਂ ਗੱਡੀ ਦੇ ਕੀ ਹਾਲਾਤ ਆ, ਕੀ ਕਹਿੰਦੀ ਆ ਗੱਡੀ, ਪਸੰਦ ਆਉਂਦੀ ਕਿ ਨਹੀਂ ਆਉਂਦੀ ਇਹ ਪਤਾ ਨਹੀਂ। ਚਲੋ ਮੂਹਰੇ ਜਾ ਕੇ ਦੇਖਦੇ ਹਾਂ। ਲਓ ਜੀ, ਗੱਡੀ ਦੇਖਣ ਆਏ ਸੀ, ਗੱਡੀ ਲੈ ਹੀ ਲਈ ਆ ਹੁਣ ਚੇਤਾ, ਹੁਣ ਗੱਡੀ ਲੈ ਲਈ ਨਿਕਲਿਆ ਉਹਦੇ ਮੁੰਡੇ ਨੂੰ ਸਨ ਰੂਪ ਚੋਂ ਨਿਕਲਿਆ ਬਾਹਰ। ਗੱਡੀ ਵਧੀਆ ਮਿਲ ਗਈ ਹੈ, ਠੀਕ ਹੈ ਤੇ ਆਉਣ ਦਾ ਗੱਡੀਆਂ ਦੇਖੀਆਂ ਪਹਿਲਾਂ ਬਹੁਤ ਸੀ, ਕੋਈ ਪਸੰਦ ਨਹੀਂ ਸੀ ਆਉਂਦੀ, ਆਉਂਦਿਆਂ ਨੂੰ ਪਸੰਦ ਆ ਗਈ ਗੱਡੀ, ਬਲੈਕ ਕਲਰ ਦੀ ਗੱਡੀ ਆ, ਸਾਰਾ ਕੁਛ ਓਕੇ ਆ। ਅਸੀਂ ਬਲੈਕ 'ਚ ਆਏ ਸੀ, ਉਹ ਬੜੀ ਪਰੇ ਬਲੈਕ ਹੀ ਹੋਰ ਲੈ ਜਾਂਦੇ, ਵਰਨਾ ਨਹੀਂ ਹੈਗੀ, ਇਹ ਹੈਗੀ ਓਪਲ ਆਸਤਰਾ। ਚਲੋ ਚਲੋ, ਉਹ ਲਾਲਾ ਸਾਨੂੰ ਰੂਪ ਜਿਆਦਾ, ਉਹ ਪੈਰ ਝਾੜ ਕੇ ਬੈਠੀ ਬਾਂਦਰ ਆ ਗਿਆ। ਤੇ ਹੁਣ ਆਪਾਂ ਚੱਲੀਏ ਪਹਿਲਾਂ ਤੇਤੂ ਨੂੰ ਪਵਾਈਏ, ਫਿਰ ਚੱਲੀਏ ਆਪਣੇ ਸੰਤਾਂ ਰਾਹੀਂ। ਚਲੋ ਮੈਂ ਗੱਡੀ ਗੁੱਡੀ ਧੋਨੇ ਆ ਜਾ ਕੇ ਮਾੜੀ ਜਿਹੀ। ਗੱਡੀ ਚੱਲਦੀ ਬਹੁਤ ਵਧੀਆ, ਕਿੱਦਾਂ ਆਉਂਦਾ ਨਜ਼ਾਰਾ, ਓਏ ਨਜ਼ਾਰਾ ਫੁੱਲ ਆ ਦੇਖ ਅਧਾ ਕੋਲ ਸਾਨੂੰ ਰੂਪ, ਓ ਵਾਓ ਕਰਦੇ ਬੰਦੇ ਭਰਾਵਾ, ਹਵਾ ਜੀ ਪਹੁੰਚਦੀ ਮੈਂ ਤਾਂ ਨਹੀਂ ਆਉਂਦੀ ਇੱਧਰ। ਹੁਣ ਮੋਟਰਾਂ ਤਾਂ ਆਪਾਂ ਦੇਖਣੀਆਂ ਨੀ, ਹੁਣ ਗੱਡੀ ਪਹਿਲਾਂ ਧੋ ਧੋ ਕੇ ਘਰ ਨੂੰ ਲਿਜਾਵਾਂਗੇ, ਗੱਡੀ ਲਿਬੜੀ ਬਹੁਤ ਹੈ, ਪਹਿਲਾਂ ਲਿਜਾ ਕੇ ਧੋਨੇ ਆ ਇਹਨੂੰ। ਲਓ ਜੀ ਆ ਗਏ ਆ, ਮੈਂ ਕਿਹਾ ਪਹਿਲਾਂ ਧੋ ਲਈਏ ਇਹਨੂੰ। ਕਿਹੜਾ ਪੋਰਚ? ਉਹਦੇ ਪਿਆ ਉਧਰਲੇ ਪਾਸੇ, ਉਹਦੇ ਤਾਂ ਵਿੱਚ ਪਿਆ, ਮਾਰੋ ਯਾਰ ਚਮਕਾਓ ਥੋੜੀ ਜਿਹੀ ਇਹਨੂੰ। ਅਰੇ ਅਰੇ ਧੋਣ ਤੋਂ ਲੜੀ ਜਾਂਦੇ ਹੋ, ਧੋਣ ਤੋਂ ਲੜੀ ਜਾਂਦੇ, ਧੋਣ ਦਾ ਬੜਾ ਚਾਹ, ਕੋਈ ਨੀ ਹੁਣ ਧੋਇਆ ਹੀ ਕਰਨੀ ਆ, ਪਹਿਲਾਂ ਪਾਣੀ ਮਾਰ ਲਾ ਭਰਾਵਾ। ਓਏ ਬਾਂਦਰ ਆ, ਇਹ ਬਾਂਦਰ ਬਾਂਦਰਾਂ ਨੂੰ ਗੱਡੀਆਂ 'ਚ ਢਾਉਂਦੇ, ਨਾ ਨਾ ਉੱਤੇ ਗਾਜਰਾਂ ਨਿਖਾਰਦੇ ਕਾਕੇ, ਐਨ ਐਨ ਕੂਚ ਦੇ ਕੂਚ, ਲੈ ਵੀ ਐਨ ਨਿਕਲਿਆ ਰੰਗ, ਕਿਆ ਬਾਤਾਂ, ਹੈ ਐਨ ਐਨ ਨਿਕਲੇ ਹੀ ਨਿਖਰ ਗਏ ਐਨ, ਹਾਂ ਤੈਂ ਹੀ ਕੱਢਿਆ ਰੰਗ, ਤੈਂ ਹੀ ਕੱਢਿਆ ਰੰਗ ਐਨ ਲੈ ਤਾਂ। ਲਓ ਜੀ ਆ ਗਏ ਚਮਕਾ ਕੇ, ਪਾਰਾ ਲੜਨੋ ਹੀ ਨੀ, ਉਹ ਤੁਸੀਂ ਲੜਨੋ ਹਟ ਜਾਓ ਭਰਾਵਾ, ਘਰ ਵੀ ਪਹੁੰਚ ਗਏ, ਆ ਚਾਹ ਲੋਕ ਲਾ ਦਿੰਦੇ ਆ, ਇਹ ਲੈ ਚੱਲਿਆ ਕੋਈ ਇੰਡੀਆ, ਇਹਨਾਂ ਨੇ ਇਹਨਾਂ ਕੀ ਪਤਾ ਸਾਡੇ ਚੋਰ ਦਾ ਦੇਖਿਆ ਥੋੜੀ ਕੁਛ ਨਹੀਂ, ਘਰੇ ਆ ਗਏ ਹੁਣ ਚੱਲਦੇ ਆ ਉੱਤੇ, ਹੈਂ ਲੋ ਇਹ ਸੋਹਣੇ ਆ, ਉਹ ਤਾਂ ਉਦਾਂ ਹੀ ਸੋਹਣੀ ਆ, ਆਹੋ ਹਾਂਜੀ ਗੱਡੀ ਆ ਗਈ, ਹੁਣ ਰੋਟੀਆਂ ਪਾ ਲਓ, ਖਾ ਲਈ ਤੁਸੀਂ, ਖਾ ਲਈ ਆ, ਚੱਲ ਫਿਰ ਪਾ ਯਾਰ, ਤਾਂ ਭੁੱਖ ਬਹੁਤ ਲੱਗੀ ਆ, ਚਲੋ ਖਾਈਏ ਰੋਟੀ। ਅੱਜ ਹੈਗਾ ਅਗਲਾ ਦਿਨ, ਰਾਤੀ ਫਿਰ ਲੇਟ ਲੂਟ ਹੋ ਗਿਆ, ਇੱਦਾਂ ਹੀ ਸੌਂ ਸੂ ਗਿਆ, ਅਤੇ ਅੱਜ ਬੜੇ ਦਿਨਾਂ ਬਾਅਦ ਗੱਡੀ 'ਚ ਆਏ,
ਕਿਉਂਕਿ ਤੌਰ ਤੌਰ ਕੇ ਗਏ ਜੇ ਮੈਨੂੰ ਉਦੋਂ ਹੀ ਔਖਾ ਸੀਗਾ ਹੁਣ ਗੱਡੀ 'ਚ ਆਉਣ ਆਪਾਂ ਅਤੇ ਨਾਲ ਦਾ ਮੇਰੇ ਬਿੰਦਾ ਉਹਦੀ ਰਾਤ ਦੀ 12 ਵਜੇ ਦੀ ਡਿਊਟੀ ਸੀਗੀ ਉਹ ਕੰਮ ਤੋਂ ਆ ਕੇ ਹੁਣ ਸੁੱਤਾ ਆ ਅਤੇ ਮੈਂ ਵੀ ਹੁਣ ਜਿੱਥੇ ਉਹ ਫੈਕਟਰੀ ਜਾਂਦਾ ਮੈਂ ਵੀ ਉੱਥੇ ਜਾਣ ਲੱਗ ਪੈਣਾ ਅੱਜ ਤੋਂ ਮੈਨੂੰ 3 ਵਜੇ ਸੱਦਿਆ 3 ਵਜੇ ਦੁਪਹਿਰ ਨੂੰ ਅਤੇ ਹੁਣ ਮੈਂ ਜਿੰਮ ਦੇ ਵਿੱਚ ਆ ਗਿਆ ਮੈਂ ਕਿਹਾ ਸਵੇਰੇ ਲਾਉਂਦੇ ਹਾਂ ਪਹਿਲਾਂ ਆਪਾਂ ਜਿੰਮ ਅਤੇ ਦੁਪਹਿਰ ਨੂੰ ਚੱਲਾਂਗੇ ਜਿੱਥੇ ਨਵਾਂ ਕੰਮ ਰੈਸਟੋਰੈਂਟ ਦਾ ਕੰਟਰੈਕਟ ਮੁੱਕ ਗਿਆ ਸੀ ਆਪਣਾ 6 ਮਹੀਨਿਆਂ ਦਾ ਸੀ ਹੁਣ ਆਪਾਂ ਫੈਕਟਰੀ ਜਾਣਾ ਅੱਜ ਤੋਂ ਅਤੇ ਹੁਣ ਆ ਗਿਆ ਫਿਰ ਜਿੰਮ ਐਕਸਰਸਾਈਜ਼ ਲਾਈਏ ਜੀ ਐਕਸਰਸਾਈਜ਼ ਲਾ ਲਈ ਆ ਅਤੇ ਹੁਣ ਆਪਾਂ ਚੱਲੀਏ ਘਰ ਨੂੰ ਅਤੇ ਫਿਰ 1 ਵੱਜ ਗਿਆ 3 ਵਜੇ ਜਾਣਾ ਚਲੇ ਜਾ ਕੇ ਖਾਂਦੇ ਪੀਂਦੇ ਬਸ 3 ਵਜੇ ਜਾਣਾ ਹੈਗਾ ਆਪਾਂ ਕੰਮ 'ਤੇ ਮਿਲਦੇ ਹਾਂ ਤੁਹਾਨੂੰ ਲਓ ਜੀ ਹੁਣ ਰੈਡੀ ਹੋ ਗਿਆ ਕੰਮ ਲਈ ਲਓ ਕੰਮ ਵਾਲੀ ਪਾ ਲਈ ਆ ਵਰਦੀਆਂ ਆਹ ਬੰਦਾ ਆਪਣੇ ਨਾਲ ਆਹ ਛੱਡਣ ਚੱਲਾ ਸਾਨੂੰ ਡਰਾਈਵਰ ਸਾਡਾ ਆਹ ਬੰਦਾ ਆਪਣੇ ਨਾਲ ਹੀ ਰਹਿੰਦਾ ਜੀਤਾ रिमोट जहा नहीं काम करदा जद ते इह कराऊगा इहदा काम चलो चलिए हुण काम ते आपणे 7 महीनिया बाद काम ते चलां 7 महीनिया बाद अज देखते हैं बंदे लगता कंटेनर भर लाउणगे अज जलूस निकलूगा लगभग जोर लाउणगे जिम लगना पूरा अज बाकी देखते हैं पहुंच के अंदर वीडियो बननी नहीं क्योंकि ये अलाउड नहीं करते हैं फैक्टरी आए बंदे नूं कढ़ दिंदे आ आपां जरूरी निकलना बाहरों फैक्टरी दिखा देंगे तुहानूं पहला दिन है बाहरों दिखा देंगे फैक्टरी अंदर नहीं वीडियो बनानी लो जी आ गई अपनी फैक्टरी ये हैगी आ फोर्ट सालम चलो हुण फैक्टरी दे अंदर आ गए हैं बाकी दी वार्तालाप रात नूं 11 बजे निकलना उदों करदे आ ਕਿੱਦਾਂ ਦਾ ਰਿਹਾ ਪਹਿਲਾਂ ਤਾਂ ਲਓ ਜੀ ਮੈਂ ਆ ਗਿਆ ਘਰੇ ਵਲੌਗ ਬਣਾਉਣ ਦਾ ਭੁੱਲ ਗਿਆ ਸੀ ਚੇਤਾ ਕਿਉਂਕਿ ਉਹਨਾਂ ਨੇ ਤੁਕੀ ਇੰਨੀ ਪੀ ਲਈ ਹੈ ਨਾ ਥੱਕ ਬਹੁ ਗਏ ਸੀ ਪਤਾ ਹੀ ਨਹੀਂ ਵੀ ਚੱਲੀਏ ਘਰੇ ਘਰੇ ਫਟਾਫਟ ਘਰੇ ਆ ਗਏ ਹੁਣ ਨਹਾ ਧੋ ਕੇ ਬੈਠਾ ਸੀ ਮੈਂ ਕਿਹਾ ਵਲੌਗ ਦਾ ਤਾਂ ਚੇਤਾ ਹੀ ਨਹੀਂ ਕਿਉਂਕਿ 7 ਮਹੀਨੇ ਵਿਹਲੇ ਜਿਹਾ ਰਹੇ ਕੰਮ ਉੱਦਾਂ ਦਾ ਹੀ ਸੀ ਐਨ ਆਰਾਮ ਨਾਲ ਹਲਕੇ ਆਈ ਅਤੇ ਹੁਣ ਨਹਾ ਧੋ ਲਿਆ ਅਤੇ ਮਿਲਦੇ ਹਾਂ ਤੁਹਾਨੂੰ ਫਿਰ ਨੈਕਸਟ ਵਲੌਗ ਦੇ ਵਿੱਚ ਅੱਧੇ ਵਲੌਗ ਦਾ ਆਪਾਂ ਇੱਥੇ ਕਰਦੇ ਐਂਡ ਬਾਏ ਬਾਏ ਸਾਰਿਆਂ ਨੂੰ ਟਾਟਾ ਉਹ